क्या बात है दोस्तों, हुण तुसी मेरे चैनल ते आए गए हो, वीडियो देख ही रहे हो, तो प्लीज ये वीडियो पूरी देखो क्योंकि दोस्तों एहो जिया कॉमेडी वीडियो दा नजारा एंड ते हुंदा है। SJP कॉमेडी चास्का। दोस्तों ब्याह ते गियां दी सेड रिस्पेक्ट सारी कर दिंदे आ, पर कदी तुहाडे नाल इदां होया है कि तुसी ब्याह तों वापस घर जदों आए होवो ਤੈਨੂੰ ਉਹਨਾਂ ਦਾ ਫੋਨ ਆਵੇ ਤੇ ਫੋਨ ਕਰਕੇ ਤੈਨੂੰ ਕਹਿਣ ਥੈਂਕ ਯੂ, ਤੁਹਾਡਾ ਬਹੁਤ ਬਹੁਤ ਤੁਸੀਂ ਸਾਡੇ ਵਿਆਹ ਤੇ ਆਏ, ਥੈਂਕ ਯੂ ਕਰਕੇ ਤੁਹਾਡੀ ਰਿਸਪੈਕਟ ਹੋਈ ਹੋਵੇ, ਸਾਡੇ ਸਾਹਿਲ ਜੀ ਦੀ ਹੋਈ ਹੈ ਤੇ ਆਓ ਦੇਖੀਏ। ਹੈਲੋ ਹੈਲੋ, ਸਾਹਿਲ ਬੋਲ ਰਹੇ ਹੋ? ਹਾਂਜੀ 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 ਬੇਟਾ, ਮੈਂ ਆਸ਼ੀ ਦੀ ਮੰਮਾ ਬੋਲ ਰਹੀ ਹਾਂ। ਹਾਂਜੀ ਹਾਂਜੀ ਆਂਟੀ ਨਮਸਤੇ। ਹਾਂਜੀ ਨਮਸਤੇ ਬੇਟਾ, ਮੈਂ ਤੁਹਾਨੂੰ ਪਰਸਨਲੀ ਕਰਨਾ ਸੀਗਾ ਥੈਂਕ ਯੂ ਕਿ ਤੁਸੀਂ ਵਿਆਹ ਦੇ ਵਿੱਚ ਆਏ। ਨਾ ਨੰਡੇ ਜੀ ਨੇ ਨਹੀਂ ਆਂਟੀ, ਮਤਲਬ ਤੁਹਾਡਾ ਥੈਂਕ ਯੂ ਕਿ ਤੁਸੀਂ ਸਾਨੂੰ ਵਿਆਹ ਤੇ ਬੁਲਾਇਆ, ਉਹਦਾ ਵੀ ਅਸੀਂ ਆਣਾ ਹੀ ਸੀਗਾ। ਹਾਂਜੀ ਹਾਂਜੀ, ਉਹ ਆਸ਼ੂ ਨੇ ਬੜੀਆਂ ਤੁਹਾਡੀ ਤਰੀਫਾਂ ਕੀਤੀਆਂ ਹੋਈਆਂ ਸੀਗੀਆਂ। ਹਾਂਜੀ, ਤੇ ਮੈਂ ਕਿਹਾ ਮੈਂ ਤੇ ਸਗੋ ਆਸ਼ੂ ਨੂੰ ਇੱਕ ਵਾਰੀ ਕਹਿ ਰਹੀ ਸੀਗੀ, ਤੂੰ ਤਾਂ ਕਿ ਮੈਨੂੰ ਇੰਟਰੋਡਕਸ਼ਨ ਵੀ ਨਹੀਂ ਕਰਾਈ, ਉਹ ਵਾਏ ਤੇ ਚਲੇ ਗਏ। ਨਹੀਂ ਆਂਟੀ, ਅਸੀਂ ਤੁਸੀਂ ਮਤਲਬ ਤੁਸੀਂ ਬਾਕੀ ਰਿਲੇਟਿਵਸ ਦੇ ਨਾਲ ਤੁਸੀਂ ਬਿਜ਼ੀ ਸੀਗੇ ਤੇ ਸਗੋ ਅਸੀਂ ਤੁਹਾਨੂੰ ਆਪ ਮਿਲਣਾ ਸੀਗਾ, ਬਟ ਨਹੀਂ ਮਤਲਬ ਫਿਰ ਅਸੀਂ ਵੀ ਮਤਲਬ ਬਿਜ਼ੀ ਹੀ ਸੀਗੇ ਤੇ ਉਹਦਾ ਤੁਹਾਨੂੰ ਪਤਾ ਹੀ, ਚਲੋ ਨਹੀਂ ਮਿਲ ਪਾਉਂਦੇ ਵਿਆਹ ਚ, ਪਰ ਤੁਹਾਡਾ ਥੈਂਕ ਯੂ ਨਾ ਤੁਸੀਂ ਸਾਨੂੰ ਸੱਦਿਆ ਵਿਆਹ ਤੇ। ਹਾਂ ਹਾਂ, ਹੁਣ ਉਹੀ ਪਤਾ ਕਿੱਦਾਂ ਸਾਰੀ ਫੈਮਿਲੀ ਅਸੀਂ ਬੈਠੇ ਹੋਏ ਸੀਗੇ, ਸ਼ਗਨਾ ਦੇ ਲਿਫਾਫੇ ਵਗੈਰਾ ਦੇਖ ਰਹੇ ਸੀਗੇ ਤੇ ਤੁਹਾਡਾ ਖੋਲਿਆ ਤੇ ਸਿਰਫ 500 ਰੁਪਿਆ, ਇੱਕ 500 ਦਾ ਨੋਟ ਸਿਰਫ ਹੈ ਆਸ਼ੂ ਹੈ ਸਾਹਿਲ। ਮੈਂ ਤਾਂ ਆਸ਼ੂ ਨੂੰ ਕਹਿ ਰਹੀ ਕਿ ਆਸ਼ੂ ਸਿਰਫ ਇੱਕ 500 ਦਾ ਨੋਟ ਹੈ ਸਾਹਿਲ, ਆਏ ਤਾਂ ਸ਼ਾਇਦ ਤੁਸੀਂ ਸਾਰੀ ਫੈਮਿਲੀ ਸੀਗੇ। ਹਾਂਜੀ ਹਾਂਜੀ ਆਂਟੀ, ਤੇ ਉਹ ਖਾਣਾ ਵੀ ਤੁਸੀਂ ਬਹੁਤ, ਰੋਟੀ ਬਹੁਤ ਵਧੀਆ ਸੀਗੀ, ਮਤਲਬ ਮਿੱਠਾ ਮੁੱਠਾ ਸਭ ਕੁਝ ਹੈ ਨਾ, ਰੋਟੀ ਬਹੁਤ। ਹਾਂ ਹਾਂ, ਅਸੀਂ ਤਾਂ ਬਹੁਤ ਕੁਝ ਵਧੀਆ ਬਣਾਇਆ ਹੋਇਆ ਸੀਗਾ, ਅਸੀਂ ਤਾਂ ਫਾੜਤਾ ਸਾਰਾ ਕੁਝ ਤੇ ਅਸੀਂ ਤੇ ਦੇਖਿਆ ਲਿਫਾਫਾ ਖੋਲ ਕੇ ਤੇ ਇੱਕੋ ਨੋਟ, ਲਿਫਾਫਾ ਵੀ ਫਾੜਤਾ ਤੇ ਮੈਂ ਕਿਹਾ ਸ਼ਾਇਦ ਨਾਲ ਜੁੜੇ ਦਾ ਹੋਏ, ਕਿਸੇ ਵੇਲੇ ਹੁੰਦਾ ਨਾ ਚਿਪਕ ਜਾਂਦੇ ਆ ਨੋਟ, ਇੱਕ ਕੁਆਇਨ ਹੁੰਦੇ ਨਾ ਜਿਹੜਾ ਲੱਗੇ ਦਾ, ਉਹ ਕੁਆਇਨ ਤੱਕ ਨੀ ਮੈਨੂੰ ਮਿਲਿਆ, ਸਿਰਫ ਇੱਕ 500 ਦਾ ਨੋਟ ਪਾਇਆ ਸੀ ਸਿਰਫ, ਕਿਤੇ ਕੋਈ ਗਲਤੀ ਤੇ ਨੀ ਲੱਗ ਗਈ ਤੁਹਾਨੂੰ? ਮੈਂ ਤਾਂ ਸਗੋਂ ਆਸ਼ੂ ਨੂੰ ਕਹਿ ਰਹੀ ਸੀ, ਮੈਂ ਕਿਹਾ ਸਾਹਿਲ ਨੂੰ ਪੱਕਾ ਗਲਤੀ ਲੱਗੀ ਹੋਣੀ ਆ, ਮੈਂ ਕਿਹਾ ਸਾਹਿਲ ਹੈ ਨੀ ਏਦਾਂ ਦਾ ਮੁੰਡਾ, ਸਾਰੇ ਆਏ ਸੀ ਨਾ ਤੁਸੀਂ ਸ਼ਾਇਦ ਸਾਰੇ? ਹਾਂਜੀ ਹਾਂਜੀ ਸਾਰੇ, ਖਾਣਾ ਵੀ ਤਾਂ ਸ਼ਾਇਦ ਸਾਰੇ ਖਾ ਕੇ ਗਏ ਨਾ ਬੇਟਾ, ਕੋਈ ਰਹਿ ਤਾਂ ਨੀ ਗਿਆ, ਸਾਰਿਆਂ ਨੇ ਖਾਦਾ ਸੀ ਨਾ? ਹਾਂਜੀ ਆਂਟੀ, ਹੁਣ ਆਏ ਆ ਵਿਆਹ ਤੇ ਸਾਰਾ ਖਾ ਕੇ ਜਾਵਾਂਗੇ, ਮਤਲਬ। ਨਹੀਂ ਨਹੀਂ, ਹਾਂ ਹਾਂ, ਉਹ ਤੇ ਖਾ ਕੇ ਜਾਣਾ ਸੀਗਾ ਸਭ ਕੁਛ ਨਾਲੇ, ਮੈਨੂੰ ਤੇ ਸੀਗਾ ਕਿ ਥੋੜਾ ਸ਼ਾਇਦ ਵੱਧ ਕਰੋਗੇ ਸਗਨ, 800 ਰੁਪਏ ਦੀ ਤਾਂ ਪਲੇਟ ਹੀ ਸੀਗੀ ਸਗਨ, ਸੁਖ ਨਾਲ ਇੱਕ ਪਲੇਟ ਜੋਗਾ ਵੀ ਸਗਨ ਨੀ ਨਿਕਲਿਆ, ਤੇ ਕਿੰਨੇ ਸ਼ਾਇਦ ਤੁਸੀਂ 4-5 ਜਣੇ ਆਏ ਸੀਗੇ ਹੈ ਨਾ? ਹਾਂਜੀ ਹਾਂਜੀ, ਪੂਰੀ ਫੈਮਿਲੀ ਆਈ ਸੀਗੀ। ਓਹੀ ਤੇ, ਤੇ ਆਂਟੀ ਉਹ ਡੀਜੇ ਵੀ ਬਹੁਤ ਵਧੀਆ ਸੀਗਾ, ਮਤਲਬ ਖੱਪ ਖੁਪ ਅਸੀਂ ਬਥੇਰੀ ਵਾਦੀ, ਮਤਲਬ ਪੂਰਾ ਇੰਜੋਏ ਕੀਤਾ। ਅਸੀਂ ਤਾਂ ਸਾਰਾ ਕੁਛ ਹੀ ਬਹੁਤ ਵਧੀਆ ਲਗਾਇਆ, ਅਸੀਂ ਤੇ ਬਹੁਤ ਵਧੀਆ ਕੀਤਾ, ਮੈਨੂੰ ਤੇ ਹੈਰਾਨਗੀ ਹੈ ਲੱਗ ਰਹੀ ਹੈ ਕਿ ਇੰਨਾ ਕੁਛ ਤੁਸੀਂ ਦੇਖਿਆ ਵੀ ਹੈ, ਖਾਦਾ ਪੀਤਾ ਵੀ ਹੈ, ਇੰਜੋਏ ਇੰਨਾ ਜ਼ਿਆਦਾ ਕੀਤਾ ਤੇ ਸਗਨ ਵੇਲੇ ਸਿਰਫ 500 ਰੁਪਿਆ, ਤੁਹਾਡਾ ਕਿੱਦਾਂ ਮਨ ਮਰ ਗਿਆ ਬੇਟੇ? ਆਂਟੀ ਮਤਲਬ ਐਕਚੁਅਲੀ ਨਾ ਹੁਣ ਸਾਡੇ ਵੀ ਇੱਥੇ ਵਿਆਹ ਹੈਗਾ ਤੇ ਅਸੀਂ ਸੋਚ ਰਹੇ ਹਾਂ ਕਿ ਤੁਹਾਨੂੰ ਵੀ ਬੁਲਾਈਏ ਵਿਆਹ ਤੇ। ਹਾਂ ਹਾਂ, ਉਹ ਤੇ ਕੋਈ ਨਾ, ਉਹ ਤਾਂ ਅਸੀਂ ਆ ਜਾਵਾਂਗੇ, ਬਟ ਹੈ ਨਾ ਸਗਨ ਦੀ ਮੈਨੂੰ ਬੜੀ ਹੈਰਾਨਗੀ ਲੱਗ ਰਹੀ ਹੈ ਸਾਹਿਲ, ਸਿਰਫ 500। ਆਸ਼ੂ ਨੂੰ ਮੈਂ ਕਿਹਾ, ਆਸ਼ੂ ਕਹਿੰਦਾ ਮੰਮਾ ਕੋਈ ਨਾ, ਚਲੋ ਇਹਨਾਂ ਦਾ ਮੂਡ ਹੀ ਇੰਨਾ ਹੋਏਗਾ, ਮੈਂ ਕਿਹਾ ਕੋਈ ਨਾ, ਮੈਨੂੰ ਬੜੀ ਹੈਰਾਨਗੀ ਲੱਗ ਰਹੀ ਕਿ ਇੱਕ 500, 4-5 ਜਣੇ, 800 ਰੁਪਏ ਦੀ ਇੱਕ ਪਲੇਟ। ਤੁਸੀਂ ਵਿਆਹ ਲਾਇਆ ਸੀਗਾ ਕਿ ਸ਼ਗਨ ਇਕੱਠੇ ਕਰਨ ਦਾ ਸਟਾਲ ਆਇਆ ਸੀਗਾ? ਨਹੀਂ ਨਹੀਂ, ਸਗਨਾਂ ਦੇ ਤਾਂ ਸਟਾਲ ਨਹੀਂ ਲੱਗਦੇ, ਬਟ ਸਗਨ ਤਾਂ ਕੋਈ 500 ਰੁਪਿਆ ਨਹੀਂ ਦੇ ਕੇ ਜਾਂਦਾ ਸਾਈ। ਉਹ ਆਂਟੀ ਮੇਰੀ ਨਾ ਗੱਲ ਸੁਣੋ, ਪਹਿਲੇ ਤੁਸੀਂ ਨਾ ਆਪਣੇ ਲੋਕਾਂ ਦੇ ਨਾ ਜਿਹੜੇ ਲੋਕ ਆਏ ਸੀ ਉਹਨਾਂ ਦੇ ਲਿਫਾਫੇ ਪਹਿਲਾਂ ਚੈੱਕ ਕਰ ਲਓ, ਠੀਕ ਹੈ ਨਾ, ਕਿ ਕੌਣ ਆਇਆ ਸੀਗਾ ਕੌਣ ਨਹੀਂ ਆਇਆ ਸੀ, ਕਿੰਨੇ ਲਿਫਾਫੇ ਦਿੱਤੇ, ਕਿੰਨੇ ਕਿੰਨੇ ਪੈਸੇ ਪਾਏ, ਕਿੰਨੇ ਪੈਸੇ ਨਹੀਂ ਪਾਏ, ਫਿਰ ਤੁਸੀਂ ਮੇਰੇ ਨਾਲ ਗੱਲ ਕਰਿਓ। ਹੈਲੋ ਹੈਲੋ ਹੈਲੋ, ਕਿਉਂ ਦੋਸਤੋ ਆਇਆ ਮਜ਼ਾ ਫਿਰ ਸਾਹਿਲ ਦੀ ਰਿਸਪੈਕਟ ਦੇਖ ਕੇ? ਹੁਣ ਸਾਡੀ ਵੀ ਰਿਸਪੈਕਟ ਕਰ ਦੋ ਚੈਨਲ ਸਬਸਕ੍ਰਾਈਬ ਕਰਕੇ, ਤੇ ਹਾਂ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ। ਦੋਸਤੋ ਹੁਣ ਜੇ ਵਧੀਆ ਲੱਗਾ ਤਾਂ ਲਾਈਕ ਤਾਂ ਕਰ ਦੋ, ਕਮੈਂਟ ਕਰ ਦੋ ਤੇ ਚੈਨਲ ਨੂੰ ਤੇ ਸਬਸਕ੍ਰਾਈਬ ਕਰ ਹੀ ਲਓ। ਹਾਂ।